ਪਾਤਸ਼ਾਹ ਨੇ ਮੁਗਲ ਸਾਮਰਾਜ ਦੇ ਨਾਲ ਵੱਡੀ ਜੰਗ ਲੜੀ। ਜੰਗ ਲੜਨ ਤੋਂ ਬਾਅਦ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਚੱਲੇ ਮਾਛੀਵਾੜਾ, ਆਲਮਗੀਰ, ਲੰਮਾ ਜੱਟਪੁਰਾ, ਦੀਨਾ, ਕਾਂਗੜ, ਜੈਤੋ, ਰਾਮਿਆਣਾ ਆਦਿਕ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਸਥਾਨ ਦੇ ਉੱਤੇ ਪਹੁੰਚੇ। ਉਸ ਵੇਲੇ ਇੱਥੇ ਇੱਕ ਢਾਬ ਸੀ ਜਿਸ ਨੂੰ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ। ਖਿਦਰਾਣੇ ਦੀ ਢਾਬ ਦੇ ਵਿੱਚ ਪਾਣੀ ਜਿਹੜਾ ਹੈ ਉਹ ਮੌਜੂਦ ਸੀ। ਪਾਤਸ਼ਾਹ ਦੇ ਸਿੰਘਾਂ ਨੇ ਖਿਦਰਾਣੇ ਦੀ ਢਾਬ ਦੇ ਕੰਢੇ ਦੇ ਉੱਤੇ ਆਪਣੇ ਆਸਣ ਲਾ ਲਏ। ਢਾਬ ਦੇ ਕੰਢੇ ਦੇ ਉੱਤੇ ਕਰੀਰ, ਝਾੜੀਆਂ, ਮਲੇ ਬਹੁਤ ਵੱਡੀ ਗਿਣਤੀ 'ਚ ਸਨ। ਸਿੰਘਾਂ ਨੇ ਉਹਦੇ ਉੱਤੇ ਚਾਦਰਾਂ, ਕਛਹਿਰੇ, ਵਸਤਰ ਪਾ ਕੇ ਉਹਨਾਂ ਨੂੰ ਤੰਬੂਆਂ ਦਾ ਰੂਪ ਦਿੱਤਾ, ਜਿੱਥੇ ਅੱਜ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ, ਤਾਂ ਜੋ ਦੁਸ਼ਮਣ ਨੂੰ ਭੁਲੇਖਾ ਪਾਇਆ ਜਾ ਸਕੇ ਕਿ ਇੱਥੇ ਸਿੱਖਾਂ ਦੀ ਵੱਡੀ ਫੌਜ ਜਿਹੜੀ ਹੈ ਉਹ ਉਤਰੀ ਹੋਈ ਹੈ। ਇਹ ਯੁੱਧ ਨੀਤੀ ਦਾ ਇੱਕ ਹਿੱਸਾ ਸੀ। 21 ਵੈਸਾਖ ਸੰਮਤ 1762 ਨੂੰ ਸਰਹੰਦ ਦਾ ਸੂਬੇਦਾਰ ਵਜ਼ੀਦਾ ਭਾਰੀ ਭਰਕਮ ਫੌਜਾਂ ਲੈ ਕੇ, ਜਿਨ੍ਹਾਂ ਦੀ ਗਿਣਤੀ ਇਤਿਹਾਸ ਦੇ ਵਿੱਚ 7000 ਲਿਖੀ ਹੈ, ਉਹ ਖਿਦਰਾਣੇ ਦੀ ਢਾਬ ਦੇ ਉੱਤੇ ਪਹੁੰਚਿਆ। ਤਾਂ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਮੁਗਲ ਸਾਮਰਾਜ ਦੇ ਨਾਲ ਆਖਰੀ ਅਤੇ ਫੈਸਲਾਕੁੰਨ ਜੰਗ ਜਿਹੜੀ ਹੈ ਉਹ ਲੜੀ ਗਈ। ਇਸ ਜੰਗ ਦੇ ਵਿੱਚ ਵੀ ਜਿੱਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚੁੰਮਿਆ। ਔਰ ਇਸ ਜੰਗ ਦੀ ਖਾਸੀਅਤ ਇਹ ਹੈ ਕਿ ਇਸ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਕਿਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦੇ ਕੇ ਆ ਗਏ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਟਿੱਬੀ ਸਾਹਿਬ ਦੇ ਸਥਾਨ ਦੇ ਉੱਤੇ ਮੌਜੂਦ ਸਨ ਅਤੇ ਉੱਥੋਂ ਹੀ ਤੀਰਾਂ ਦੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ, ਜਿੱਥੇ ਅੱਜ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ। ਜਦੋਂ ਜੰਗ ਦੀ ਸਮਾਪਤੀ ਹੋਈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਆਏ। ਉਹਨਾਂ ਮਹਾਨ ਸ਼ਹੀਦਾਂ ਨੂੰ ਅਦਬ ਦਿੱਤਾ, ਸਤਿਕਾਰ ਦਿੱਤਾ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਅਸਥਾਨ 'ਤੇ ਪਹੁੰਚੇ ਅਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000, ਕਿਸੇ ਨੂੰ 10000, ਕਿਸੇ ਨੂੰ 20000 ਦਾ ਖਿਤਾਬ ਦਿੰਦੇ। ਜਦੋਂ ਤੁਰੇ ਜਾ ਰਹੇ ਸੀ ਤਾਂ ਇਹਨਾਂ ਨੂੰ ਭਾਈ ਮਹਾਂ ਸਿੰਘ ਜੀ ਸਹਿਕਦੇ ਹੋਏ ਜਿਹੜੇ ਹੈ ਉਹ ਦਿਖਾਲੀ ਦਿੱਤੇ। ਪਾਤਸ਼ਾਹ ਨੇ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੇ ਪੱਟ ਦੇ ਉੱਤੇ ਆਪਣੀ ਗੋਦੀ 'ਚ ਰੱਖਿਆ। ਲਹੂ ਅਤੇ ਰੇਤੇ ਦੇ ਨਾਲ ਇਹਨਾਂ ਦਾ ਮੁੱਖ ਜਿਹੜਾ ਹੈ ਉਹ ਲੱਥ ਪੱਥ ਲਿਬੜਿਆ ਹੋਇਆ ਸੀ। ਆਪਣੇ ਹਜ਼ੂਰੀਏ ਨਾਲ ਪਾਤਸ਼ਾਹ ਨੇ ਮੁੱਖ ਸਾਫ਼ ਕੀਤਾ ਭਾਈ ਮਹਾਂ ਸਿੰਘ ਜੀ ਦਾ, ਅਤੇ ਮੂੰਹ ਦੇ ਵਿੱਚ ਜਲ ਚੁਆਇਆ। ਜਦੋਂ ਪਾਤਸ਼ਾਹ ਦੀ ਛੋਹ ਭਾਈ ਮਹਾਂ ਸਿੰਘ ਜੀ ਨੂੰ ਹੋਈ ਅਤੇ ਉਹਨਾਂ ਨੇ ਆਪਣੇ ਨੇਤਰ ਖੋਲ੍ਹੇ ਅਤੇ ਕੀ ਵੇਖਦੇ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਉਹਨਾਂ ਦਾ ਸੀਸ ਹੈ। ਅੱਖਾਂ ਨਮ ਹੋ ਗਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾਂ ਸਿੰਘ ਜੀ ਨੂੰ ਪੁੱਛਿਆ, ਮਹਾਂ ਸਿੰਘਾ, ਬੜੀ ਵੱਡੀ ਕੁਰਬਾਨੀ ਕੀਤੀ ਹੈ, ਮੰਗ ਕੀ ਮੰਗਦਾ? ਕਿਹਾ, ਮਹਾਰਾਜ, ਜੇ ਤੁਸੀਂ ਤਰੁੱਠੇ ਹੋ ਤਾਂ ਆਪਣੇ ਚਰਨਾਂ ਨਾਲ ਟੁੱਟੀ ਗੰਢ ਲਓ, ਵਿਦਾਵਾ ਪਾੜ ਦਿਓ। ਪਾਤਸ਼ਾਹ ਨੇ ਕਿਹਾ, ਮਹਾਂ ਸਿੰਘਾ, ਕੋਈ ਜ਼ਮੀਨ, ਜਾਇਦਾਦ, ਧਨ ਦੌਲਤ, ਪਦਾਰਥ ਮੰਗ ਲੈ। ਕਹਿੰਦਾ, ਨਹੀਂ ਮਹਾਰਾਜ, ਜੇ ਤਰੁੱਠੇ ਹੋ ਤਾਂ ਟੁੱਟੀ ਗੰਢ ਲਓ। ਫਿਰ ਸਤਿਗੁਰਾਂ ਨੇ ਕਿਹਾ, ਮਹਾਂ ਸਿੰਘਾ, ਜੇ ਚਾਹੁੰਦੇ ਤਾਂ ਜੀਵਨ ਬਖਸ਼ ਦਈਏ। ਕਹਿਣ ਲੱਗਿਆ, ਨਹੀਂ ਮਹਾਰਾਜ, ਇਹ ਜ਼ਿੰਦਗੀ ਨੇ ਜਾਣਾ ਹੀ ਹੈ, ਅੱਜ ਨਾ ਗਈ ਤਾਂ 10 ਸਾਲਾਂ ਨੂੰ ਚਲੀ ਜਾਏਗੀ, 20 ਸਾਲਾਂ ਨੂੰ ਚਲੀ ਜਾਏਗੀ, ਇਹਨੇ ਰੁਕਣਾ ਥੋੜ੍ਹੀ ਹੈ। ਬਸ
ਜੇ ਤੁਸੀਂ ਪਾਤਸ਼ਾਹ ਟੁੱਟੇ ਹੋ ਤਾਂ ਫਿਰ ਟੁੱਟੀ ਗੰਢ ਲਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾਂ ਸਿੰਘ ਜੀ ਦੇ ਸਨਮੁੱਖ ਟੁੱਟੀ ਗੰਢੀ, ਵਿਦਾਵਾ ਪਾੜਿਆ ਅਤੇ ਇਹਨਾਂ ਤਮਾਮ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨ। ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ, ਅੱਜ ਥੋੜ੍ਹਾ ਜਿਹਾ ਹੈ ਮੁਕਤਸਰ ਮਾਘੀ 'ਤੇ ਜਾਣਾ ਜਨਤਾ ਨੇ, ਪਰ ਇਕੱਠ ਸੰਗਤਾਂ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ। ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਘ ਦੀ ਜੋ ਸੰਗਰਾਂਦ ਚੜ੍ਹਦੀ ਹੈ ਮਾਘੀ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ। ਮਾਘੀ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਹਿ ਤਾ ਵੀ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਕੋਈ ਐਸਾ ਸਮਾਂ ਆਇਆ ਤਾਂ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ। ਫਿਰ ਮੁਕਤਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆ ਜਿਹੜਾ ਗੁਰੂ ਸਾਹਿਬ ਕੋਲ ਮਾਫ਼ੀ ਮੰਗੀ ਉਹਨੂੰ ਵਿਦਾਵਾ ਕਿਹਾ ਜਾਂਦਾ ਹੈ। ਵਿਦਾਵਾ ਉਹਨਾਂ ਨੇ ਪੜਵਾ ਕੇ ਅਤੇ ਉਹ ਜਿਹੜੇ ਸਨ ਉਹਨਾਂ ਨੇ ਮੁੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੌਮ 'ਚ ਆ ਗਏ। ਆਉਣ ਕਰਕੇ ਉਹਨਾਂ ਨੂੰ ਮਾਫ਼ੀਆਂ ਦਿੱਤੀ ਗਿਆ ਅਤੇ ਮਾਘ ਦੇ ਦਿਹਾੜੇ 'ਤੇ ਬਹੁਤ ਕੁਛ। ਸੋ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਵਰਡ ਪੰਜਾਬੀ ਟੀਵੀ, ਤਸਵੀਰਾਂ ਤੋਂ ਤਕਦੀਰਾਂ ਤੋਂ।